ਜਿਤਨੀ ਜ਼ਿੰਦਗੀ ਨਾਲ ਪਿਆਰ ਹੋਵੇਗਾ ਉਤਨੀ ਹੀ ਮੌਤ ਦੀ ਕਵਰਾਹਟ ਹੋएगी ਜਿਤਨਾ ਨਫਾ ਹੋਣ ਤੇ ਖੁਸ਼ ਹੋਵੇਗਾ ਉਤਨਾ ਹੀ ਨੁਕਸਾਨ ਹੋਣ ਤੇ ਬਿਆਕਲ ਹੋਵੇਗਾ ਜਿਤਨੀ ਇੱਜ਼ਤ ਦੀ ਚਾਹਤ ਹੈ ਉਤਨੀ ਬੇਇੱਜ਼ਤੀ ਦਾ ਡਰ ਹੋਵੇਗਾ ਜਿਤਨਾ ਪ੍ਰਭਤਾ ਦੀ ਮੰਗ ਹੈ ਉਤਨਾ ਹੀ ਕਮਜ਼ੋਰੀ ਦਾ ਪੈ ਵੀ ਅੰਦਰ ਹੋਵੇਗਾ ਜਿਤਨੀ ਸੁੱਖ ਦੀ ਲਾਲਸਾ ਹੈ उतना ही दुख का डर सताएगा दुख जिंदगी का मुख्य हिस्सा हैं कदे किसी भी टाइम किसी है। दुख आ बंदा बहुत निराश हो सकता है निराश हो कारण यह नहीं कि तुसी बहुत दुखी रहन लग जाओ डिप्रेशन च चले जाओ नहीं दुख दुखद समय परमात्मा का नाम लो ता कि यह दुख थोड़े तो छेती तो छेती कट्टे जा ਤੇ ਪਰਮਾਤਮਾ ਤੁਹਾਡਾ ਸਾਥ ਦੇਵੇ ਤੁਸੀਂ ਹਮੇਸ਼ਾ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ ਤੇ ਪਰਮਾਤਮਾ ਦਾ ਨਾਮ ਪਾਠ ਲੈਣਾ ਕਰਨਾ ਚਾਹੀਦਾ ਹੈ ਪਰਮਾਤਮਾ ਦਾ ਨਾਮ ਲੈਣ ਲਈ ਕੋਈ ਟਾਈਮ ਕੋਈ ਕੁਝ ਜ਼ਰੂਰੀ ਨਹੀਂ ਕਿ ਤੁਸੀਂ ਜਦੋਂ ਤੁਹਾਨੂੰ ਟਾਈਮ ਲੱਗੇ ਉਦੋਂ ਪਾਠ ਕਰੋ ਜਦੋਂ ਤੁਹਾਡਾ ਦਿਲ ਕਰੇ ਉਦੋਂ ਪਾਠ ਕਰੋ ਪਰਮਾਤਮਾ ਇਹ ਨਹੀਂ ਦੱਸਦਾ ਕਿ ਮੇਰਾ ਨਾਮ ਤੁਸੀਂ ਸਵੇਰ ਹੀ ਲੈਣਾ ਹੈ ਜਾਂ ਸ਼ਾਮ ਨੂੰ ਲੈਣਾ ਹੈ ਜਾਂ ਰਾਤ ਨੂੰ ਤੁਸੀਂ ਕਿਸੇ ਵੀ ਸਮੇਂ ਪਰਮਾਤਮਾ ਦਾ ਸਿਮਰਨ ਕਰਕੇ ਆਪਣਾ ਮਨ ਭਗਤੀ ਵਿੱਚ ਲਗਾ ਸਕਦੇ ਹੋ ਭਗਤੀ ਪਰਮਾਤਮਾ ਦੀ ਸਭ ਤੋਂ ਵੱਡੀ ਦੇਣ ਹੈ ਜਿਸ ਕਰਕੇ ਉਸਨੇ ਸਾਨੂੰ ਦੁਨੀਆ ਤੇ ਭੇਜਿਆ ਹੈ ਜਦੋਂ ਬੰਦਾ ਜੰਮਦਾ ਹੈ ਬੱਚਾ ਜੰਮਦਾ ਹੈ ਵੱਡਾ ਹੁੰਦਾ ਹੈ ਫਿਰ ਜਵਾਨ ਹੁੰਦਾ ਹੈ ਫਿਰ ਬੁੱਢਾ ਹੁੰਦਾ ਹੈ ਆਖਿਰ ਮਰ ਜਾਂਦਾ ਹੈ ਪੂਰੀ ਜ਼ਿੰਦਗੀ ਵਿੱਚ ਚਾਰ ਪਹਿਰ ਉਹ ਕੱਟਦਾ ਹੈ ਉਸ ਵਿੱਚ ਉਸ ਨੇ ਕੀ ਕੀਤਾ ਕੀ ਕਰਿਆ ਕੀ ਨਾਮ ਕਮਾਇਆ ਜਾਂ ਨਾਮ ਜਪਿਆ ਉਸ ਦਾ ਪੂਰਾ ਬਿਉਰਾ ਰੱਬ ਨੂੰ ਦੇਣਾ ਪਵੇਗਾ ਚਾਹੇ ਤੁਸੀਂ ਜਿੰਨਾ ਮਰਜ਼ੀ ਕਿਸੇ ਦਾ ਕਰ ਲਓ ਪਰ ਉਸ ਨਾਲ ਕੋਈ ਮਤਲਬ ਨਹੀਂ ਜਿੰਨਾ ਤੁਸੀਂ ਰੱਬ ਦਾ ਨਾਮ ਲਵੋਗੇ ਉਹ ਤੁਹਾਡੇ ਨਾਲ ਜ਼ਰੂਰ ਜਾਵੇਗਾ ਇਹੀ ਕਾਮਨਾ ਹੈ ਕਿ ਰੱਬ ਦਾ ਨਾਮ ਲਵੋ ਪਾਪ नाम पाप ते दुख कटदा है सिमरन देह भी अरोग करता है ते वाहिगुरु दे नेे भी लै जाता है इस नंतरमुख होंगे जावे परमात्मा दा नाम लेना सब तो ते उत्तम साडे जीवन दी पूंजी है जितना भी समय लगे उतना समय पाठ जरूर करना चाहिदा है क्योंकि ਪਾਠ ਸਾਡੀ ਸਫਲਤਾ ਦੀ ਕੁੰਜੀ ਹੈ ਰੱਬ ਦਾ ਨਾਮ ਸਾਨੂੰ ਚੜ੍ਹਦੀ ਕਲਾ ਵਿੱਚ ਰੱਖਦਾ ਹੈ ਹਮੇਸ਼ਾ ਪਾਠ ਨਹੀਂ ਕਰ ਸਕਦੇ ਤਾਂ ਮਨ ਵਿੱਚ ਸਤਨਾਮ ਵਾਹਿਗੁਰੂ ਦਾ ਸਿਮਰਨ ਜ਼ਰੂਰ ਕਰਿਆ ਕਰੋ